ਇੱਕ ਤਾਂ ਆਪਾਂ ਗਾੜੀ ਪੰਜਾਬੀ ਬੰਦਾ ਇੰਨੀ ਕੁ ਤਾਂ ਆਪਾਂ ਸਰ ਆਈ ਡੀ ਪੀ ਫੇਅਰਲੀ ਸਾਨੂੰ ਬੈਂਡ ਨਹੀਂ ਦੇ ਰਹੀ ਬਹੁਤ ਸਾਰੇ ਸਟੂਡੈਂਟਸ ਆਉਂਦੇ ਨੇ ਇੱਦਾਂ ਹੀ ਸਰ ਆਈ ਡੀ ਪੀ ਫੇਅਰਲੀ ਸਾਨੂੰ ਬੈਂਡ ਨਹੀਂ ਦੇ ਰਹੀ ਇਹ ਜਾਣ ਕੇ ਸਾਡੇ ਇੱਕ ਚੋਂ 5.5 ਰੱਖ ਦਿੰਦੇ ਨੇ ਮੈਂ ਪਹਿਲੀ ਵਾਰੀ ਐਗਜ਼ਾਮ ਦਿੱਤਾ ਸਟੂਡੈਂਟਸ ਕਹਿੰਦੇ ਨੇ ਆ ਕੇ ਸਰ ਮੈਂ ਪਹਿਲੀ ਵਾਰੀ ਐਗਜ਼ਾਮ ਦਿੱਤਾ ਮੇਰੇ ਰੀਡਿੰਗ 'ਚੋਂ 5.5 ਸੀਗੇ ਓਵਰਆਲ ਮੇਰੇ ਵਧੀਆ ਸੀਗੇ 6.5 ਸੀਗੇ ਈਵਨ ਤੋਂ ਤੁਸੀਂ ਮੰਨਣਾ ਨਹੀਂ ਮੇਰੇ ਸਪੀਕਿੰਗ 'ਚੋਂ 7 ਬੈਂਡ ਵੀ ਆ ਗਏ ਸੀਗੇ ਪਰ ਸੈਕਿੰਡ ਟਾਈਮ ਮੈਂ ਐਗਜ਼ਾਮ ਦਿੱਤਾ ਸੈਕਿੰਡ ਟਾਈਮ ਮੇਰੇ ਰਾਈਟਿੰਗ 'ਚੋਂ 5.5 ਰਹਿ ਗਏ ਰੀਡਿੰਗ 'ਚੋਂ ਮੇਰੇ 6.5 ਸੀਗੇ ਫਿਰ ਮੈਨੂੰ ਲੱਗਿਆ ਵੀ ਮੈਂ ਹੁਣ ਵਧੀਆ ਕਰ ਸਕਦਾ ਮੈਂ ਫਿਰ ਦੁਬਾਰਾ ਐਗਜ਼ਾਮ ਫਿਲ ਕਰਤਾ ਮੈਂ 2-3 ਐਗਜ਼ਾਮ ਇਕੱਠੇ ਹੀ ਫਿਲ ਕਰਤੇ ਕੁਝ ਸਟੂਡੈਂਟਸ ਇੱਦਾਂ ਵੀ ਕਰਦੇ ਨੇ ਸੋ 2 ਵਾਰੀ ਮੈਂ ਐਗਜ਼ਾਮ ਦਿੱਤਾ ਮੇਰੇ ਹਰ ਵਾਰ ਕਿਸੇ ਨਾ ਕਿਸੇ ਮੋਡਿਊਲ 'ਚੋਂ ਇੱਕ ਵਾਰੀ ਮੇਰੇ ਸਪੀਕਿੰਗ 'ਚੋਂ 7 ਆਏ ਅਤੇ ਅਗਲੀ ਵਾਰੀ 5.5 ਸਰ ਇੱਦਾਂ ਕਿਵੇਂ ਹੋ ਸਕਦਾ ਇਹ ਫਿਰ ਸਾਨੂੰ ਬੈਂਡ ਨਹੀਂ ਦੇ ਰਹੀ ਆਈ ਡੀ ਪੀ ਸੋ ਗਾਇਜ਼ ਜੇ ਤੁਸੀਂ ਵੀ ਇਹੀ ਸੋਚਦੇ ਹੋ ਅਤੇ ਇਹੀ ਗੱਲ ਤੁਹਾਡੇ ਨਾਲ ਹੋ ਰਹੀ ਆ ਤਾਂ ਇਹ ਵੀਡੀਓ ਤੁਹਾਡੇ ਲਈ ਆ ਇਸ ਇੱਥੇ ਤੁਸੀਂ ਕੀ ਮਿਸਟੇਕ ਕਰ ਰਹੇ ਹੋ ਕੀ ਜੋ ਤੁਸੀਂ ਸੋਚਦੇ ਹੋ ਉਹ ਸਹੀ ਹੈ ਜਾਂ ਨਹੀਂ ਠੀਕ ਹੈ ਇਹੀ ਚੀਜ਼ ਨੂੰ ਆਪਾਂ ਅੱਜ ਇਸੇ ਚੀਜ਼ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਐਂਡ ਗਾਇਜ਼ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਨੇ ਜਿਹੜੇ ਪੀ ਆਰ ਲੈਣ ਲਈ 777-8 ਅਚੀਵ ਕਰਨਾ ਚਾਹੁੰਦੇ ਨੇ ਅਤੇ ਉਹਨਾਂ ਦੇ ਨਾਲ ਵੀ ਸੇਮ ਇਹੀ ਚੀਜ਼ ਹੁੰਦੀ ਆ ਵੀ ਇੱਕ ਨਾ ਇੱਕ ਮੋਡਿਊਲ 'ਚੋਂ ਜਿਵੇਂ ਪਹਿਲੀ ਵਾਰੀ ਰੀਡਿੰਗ 'ਚੋਂ ਘੱਟ ਰਹਿ ਗਏ ਸੈਕਿੰਡ ਟਾਈਮ ਸਪੀਕਿੰਗ 'ਚੋਂ ਰਹਿ ਗਏ ਅਗਲੀ ਵਾਰੀ ਰਾਈਟਿੰਗ 'ਚੋਂ ਰਹਿ ਗਏ ਇੱਦਾਂ ਦਾ ਕੁਛ ਨਾ ਕੁਛ ਹੁੰਦਾ ਰਹਿੰਦਾ ਤਾਂ ਇਹ ਵੀਡੀਓ ਤੁਹਾਡੇ ਲਈ ਆ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੁਹਾਡਾ ਹੋ ਸਕਦਾ ਵੀ ਨੈਕਸਟ ਟਾਈਮ ਜਦੋਂ ਤੁਸੀਂ ਐਗਜ਼ਾਮ ਦਿਓ ਇਹ ਵੀਡੀਓ ਦੇਖਣ ਤੋਂ ਬਾਅਦ ਤਾਂ ਬੈਂਡ ਜ਼ਰੂਰ ਆਉਣਗੇ ਕੀ ਮਿਸਟੇਕ ਕਰ ਰਹੇ ਹੋ ਕਿਵੇਂ ਤੁਸੀਂ ਇੰਪਰੂਵ ਕਰਨਾ ਇਹ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸੋ ਗਾਇਜ਼ ਜੇ ਤੁਸੀਂ ਨਵੇਂ ਹੋ ਮੇਰੇ ਚੈਨਲ 'ਤੇ ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਪਾਉਂਦਾ ਰਹਿੰਦਾ ਲਾਈਕ ਕੈਨੇਡਾ ਦੇ ਵਿੱਚ ਤੁਸੀਂ ਕਿਵੇਂ ਕਿਹੜੀ ਜੋਬ ਕਰ ਸਕਦੇ ਹੋ ਕਿੱਦਾਂ ਤੁਸੀਂ ਰਹਿਣ ਸਹਿਣ ਉੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਵਾਟ ਆਰ ਦ ਥਿੰਗਸ ਵਿਚ ਆਰ ਰਿਕੁਆਇਰਡ ਪ੍ਰਾਇਓਰ ਟੂ ਮੂਵ ਟੂ ਕੈਨੇਡਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਦੇ ਰਹਿੰਦੇ ਇਸ ਚੈਨਲ 'ਤੇ ਸੋ ਜੇ ਤੁਸੀਂ ਹਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਯਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਹੋਰ ਬਹੁਤ ਸਾਰੀਆਂ ਵੀਡੀਓਜ਼ ਮੈਂ ਇਸ ਤੋਂ ਬਾਅਦ ਅਪਲੋਡ ਕਰਦਾ ਰਹੂੰਗਾ ਠੀਕ ਹੈ ਨਾਓ ਵਿਦਾਊਟ ਵੇਸਟਿੰਗ ਦ ਟਾਈਮ ਲੈਟਸ ਸਟਾਰਟ ਦੈਟ ਵਾਟ ਆਰ ਦ ਮਿਸਟੇਕਸ ਵਿਚ ਯੂ ਆਰ ਡੂਇੰਗ ਐਂਡ ਹਾਊ ਯੂ ਕੈਨ ਗੈਟ ਯੋਰ ਡਿਜ਼ਾਇਰ ਸਕੋਰ ਸੋ ਗਾਈਜ਼ ਲੈਟਸ ਸਟਾਰਟ ਫਰੋਮ ਦ ਬਿਗਨਿੰਗ ਸਭ ਤੋਂ ਪਹਿਲੀ ਮਿਸਟੇਕ ਕੀ ਹੁੰਦੀ ਆ ਪਹਿਲਾ ਐਗਜ਼ਾਮ ਜਦੋਂ ਆਪਾਂ ਦਿੰਦੇ ਹਾਂ ਉਹ ਆਪਾਂ ਕਿੱਦਾਂ ਦਿੰਦੇ ਹਾਂ ਪਹਿਲਾਂ ਆਪਾਂ ਇੰਸਟੀਟਿਊਟ ਦੇ ਵਿੱਚ ਲੱਗਦੇ ਹਾਂ ਉੱਥੇ ਇੱਕ ਜਾਂ 2 ਮਹੀਨੇ ਤੁਸੀਂ ਲਗਾਉਂਦੇ ਹੋ ਇੱਕ ਕੁਆਲੀਫਾਈਡ ਟੀਚਰ ਜਿਹੜਾ ਹੁੰਦਾ ਜਿਹੜਾ ਆਇਲਸ ਟ੍ਰੇਨਰ ਹੁੰਦਾ ਤੁਸੀਂ ਉਹਨੂੰ ਸਪੀਕਿੰਗ ਦਿੰਦੇ ਹੋ ਉਹਦੇ ਤੋਂ ਰਾਈਟਿੰਗਸ ਚੈੱਕ ਕਰਾਉਂਦੇ ਹੋ ਉਹਨਾਂ ਤੋਂ ਡਿਫਰੈਂਟ ਵੈਰਾਈਟੀ ਆਫ ਰੀਡਿੰਗਸ ਤੁਸੀਂ ਉੱਥੇ ਅਟੈਂਪਟ ਕਰਦੇ ਹੋ ਫਿਰ ਉੱਥੇ ਤੁਹਾਨੂੰ ਦੱਸਦੇ ਨੇ ਵੀ ਕਿਵੇਂ ਕਰਨੀਆਂ ਲਿਸਨਿੰਗਸ ਕਿਵੇਂ ਕਰਨੀਆਂ ਨੇ ਉੱਥੋਂ ਤੁਹਾਡੀ ਚੈੱਕ ਹੁੰਦੀਆਂ ਨੇ ਠੀਕ ਹੈ ਫਿਰ ਤੁਸੀਂ ਜਾ ਕੇ ਆਪਣਾ ਫਸਟ ਅਟੈਂਪਟ ਦਿੰਦੇ ਹੋ ਫਸਟ ਅਟੈਂਪਟ ਦੇ ਵਿੱਚ ਤੁਸੀਂ ਥੋੜ੍ਹੇ ਜਿਹੇ ਡਰੇ ਵੀ ਹੁੰਦੇ ਹੋ ਬਟ ਐਟ ਦ ਐਂਡ ਆਫ ਦ ਡੇ ਜੇ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਓਨਾ ਵਧੀਆ ਨਹੀਂ ਆਉਂਦਾ ਬਟ ਹੁੰਦਾ ਕੀ ਹੈ ਜੀ ਇੱਕ 'ਚੋਂ ਘੱਟ ਰਹਿ ਗਏ ਬਾਕੀਆਂ 'ਚੋਂ ਠੀਕ ਨੇ ਠੀਕ ਹੈ ਲਿਸਨਿੰਗ 'ਚੋਂ 6.5 ਆ ਗਏ ਸਪੀਕਿੰਗ 'ਚੋਂ ਵੀ 6.5 ਆ ਗਏ ਰਾਈਟਿੰਗ 'ਚੋਂ 6 ਨੇ ਅਤੇ ਰੀਡਿੰਗ 'ਚੋਂ 5.5 ਆ ਗਏ ਇਹੀ ਚੀਜ਼ ਕਾਮਨਲੀ ਡਿਫਰੈਂਟ ਵਰਾਈਟੀ ਆਫ ਮੋਡਿਊਲਸ ਦੇ ਨਾਲ ਤੁਹਾਡੇ ਨਾਲ ਹੁੰਦੀ ਰਹਿੰਦੀ ਹੈ ਸੋ ਪਹਿਲੀ ਮਿਸਟੇਕ ਆਪਣੀ ਕਦੋਂ ਹੁੰਦੀ ਆ ਜਦੋਂ ਆਪਾਂ ਪਹਿਲਾਂ ਐਗਜ਼ਾਮ ਦੇਣ ਤੋਂ ਬਾਅਦ ਆਪਾਂ ਓਵਰਲੀ ਕੌਨਫੀਡੈਂਟ ਹੋ ਜਾਂਦੇ ਹਾਂ ਵੀ ਯਾਰ ਮੇਰੇ ਬਾਕੀਆਂ 'ਚੋਂ ਵਧੀਆ ਆ ਗਏ ਬੈਂਡ ਮੈਂ ਦੁਬਾਰਾ ਦੇ ਲੈਣਾ ਐਗਜ਼ਾਮ ਹੁਣੇ ਹੀ ਭਰ ਦਿੰਦੇ ਹਾਂ ਸਭ ਤੋਂ ਪਹਿਲੀ ਮਿਸਟੇਕ ਕੀ ਆ ਵੀ ਹੁਣੇ ਭਰ ਦਿੰਦੇ ਹਾਂ ਮਤਲਬ ਕਾਹਲੀ ਜਲਦਬਾਜ਼ੀ ਦੇ ਵਿੱਚ ਤੁਸੀਂ ਨਾਲ ਦੀ ਨਾਲ ਹੀ ਐਗਜ਼ਾਮ ਭਰ ਦਿੰਦੇ ਹੋ ਤੁਸੀਂ ਆਪਣੇ ਜਿਹੜੇ ਟ੍ਰੇਨਰਸ ਨੇ ਉਹਨਾਂ ਦੇ ਨਾਲ ਗੱਲ ਵੀ ਨਹੀਂ ਕਰਦੇ ਹੈਗੇ ਤੁਸੀਂ ਕਹਿੰਦੇ ਹੋ ਵੀ ਨਹੀਂ ਸਰ ਵੀ ਅਸੀਂ ਫੀਸ ਬਚਾ ਲਈਏ ਹੁਣ ਤੁਸੀਂ ਉਹੀ 4,000 ਰੁਪਇਆ ਜਾਂ ਜਿੰਨਾ ਵੀ ਹੈ 7-12 ਵੈਸੇ ਤਾਂ ਹੁਣ ਬਹੁਤ ਜ਼ਿਆਦਾ ਹੋ ਗਿਆ 10-12,000 ਇੰਸਟੀਟਿਊਟਸ ਵਾਲੇ ਲੈ ਰਹੇ ਆ ਪਰ ਮੰਥ ਉਹ ਬਚਾਉਣ ਦੇ ਚੱਕਰ 'ਚ ਤੁਸੀਂ 14,000 ਵਾਲਾ ਜਾਂ 16,000 ਵਾਲਾ ਤੁਸੀਂ ਟੈਸਟ ਦੁਬਾਰਾ ਫਿਲ ਕਰ ਦਿੰਦੇ ਹੋ ਵੀ ਅਸੀਂ ਇੰਸਟੀਟਿਊਟ ਨਹੀਂ ਲੱਗਣਾ ਫਿਲ ਕਰ ਦਿੰਦੇ ਹਾਂ ਅਸੀਂ ਘਰੇ ਬੈਠ ਕੇ ਪੜ੍ਹ ਲਾਂਗੇ ਜਦੋਂ ਘਰੇ ਬੈਠ ਕੇ ਪੜ੍ਹਨ ਦੀ ਵਾਰੀ ਆਉਂਦੀ ਹੈ ਤਾਂ ਬਹੁਤ ਵਿਰਲੇ ਜਵਾਕ ਹੁੰਦੇ ਨੇ ਜਿਹੜੇ ਘਰੇ ਬੈਠ ਕੇ ਪੜ੍ਹਦੇ ਨੇ ਜ਼ਿਆਦਾਤਰ ਕੀ ਕਰਦੇ ਨੇ ਗੇਮਾਂ ਖੇਡ ਲਈਆਂ ਵੀਡੀਓਜ਼ ਦੇਖ ਲਈਆਂ ਠੀਕ ਹੈ ਇੱਦਾਂ ਦੀਆਂ ਚੀਜ਼ਾਂ ਕਰਦੇ ਹੋ ਵੀਡੀਓਜ਼ ਦੇਖਣਾ ਜਿਵੇਂ ਹੁਣ ਮੈਂ ਵੀਡੀਓ ਬਣਾ ਰਿਹਾ ਇਹ ਦੇਖਣਾ ਮਾੜੀ ਗੱਲ ਨਹੀਂ ਹੈਗੀ ਬਟ ਜਿਹੜੀਆਂ ਚੀਜ਼ਾਂ ਆਪਾਂ ਦੱਸ ਰਹੇ ਹਾਂ ਉਹਨੂੰ ਜੇ ਤੁਸੀਂ ਫੋਲੋ ਨਹੀਂ ਕਰੋਗੇ ਉਹ ਸੁਣ ਕੇ ਤੁਸੀਂ ਇੱਧਰੋਂ ਸੁਣਿਆ ਇੱਧਰੋਂ ਕੱਢਤਾ ਉਹਦਾ ਕੋਈ ਫਾਇਦਾ ਨਹੀਂ ਬਟ ਜਦੋਂ ਤੱਕ ਜਿਹੜੀ ਚੀਜ਼ ਦੱਸੀ ਗਈ ਆ ਉਹਨੂੰ ਅਟੈਂਪਟ ਵੀ ਤਾਂ ਕਰੋ ਠੀਕ ਹੈ ਸਪੀਕਿੰਗ ਦੇ ਟ੍ਰਿਕਸ ਰੀਡਿੰਗ ਦੇ ਟ੍ਰਿਕਸ ਰਾਈਟਿੰਗ ਕਿਵੇਂ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਔਨਲਾਈਨ ਵੀ ਅਵੇਲੇਬਲ ਹੈਗੀਆਂ ਤੁਸੀਂ ਇਹ ਨਹੀਂ ਹੈਗਾ ਵੀ ਘਰੇ ਪੜ੍ਹ ਨਹੀਂ ਸਕਦੇ ਯੂ ਕੈਨ ਡੂ ਦੈਟ ਬਟ ਦ ਥਿੰਗ ਇਜ਼ ਤੁਸੀਂ ਉਹਨੂੰ ਇੰਪਲੀਮੈਂਟ ਹੀ ਨਹੀਂ ਕਰਦੇ ਤੁਸੀਂ ਦੇਖਦੇ ਜ਼ਰੂਰ ਹੋ ਤੁਹਾਨੂੰ ਨੌਲੇਜ ਮਿਲ ਜਾਂਦੀ ਹੈ ਵੀ ਆਹ ਚੀਜ਼ ਐਂ ਹੋਣੀ ਆ ਬਟ ਇੰਪਲੀਮੈਂਟ ਤੁਸੀਂ ਕਰਦੇ ਹੀ ਨਹੀਂ ਇੰਪਲੀਮੈਂਟ ਜੇ ਕਰਦੇ ਹੋ ਦੂਜੀ ਚੀਜ਼ ਜੇ ਤੁਸੀਂ ਹੁਣ ਜੇ ਤੁਹਾਡੇ 5.5 ਇੱਕ 'ਚੋਂ ਰਹਿ ਰਿਹਾ ਇਟ ਮੀਨਸ ਸੋ ਯੂ ਤੁਹਾਡੀ ਜਿਹੜੀ ਸਪੀਕਿੰਗ ਇੰਗਲਿਸ਼ ਦਾ ਤੁਹਾਡਾ ਲੈਵਲ ਆ ਉਹ ਥੋੜ੍ਹਾ ਡਾਊਨ ਆ
ਐਵੇਂ ਨਹੀਂ ਵੀ ਤੁਸੀਂ ਕਰ ਨਹੀਂ ਸਕਦੇ, ਬਟ ਥੋੜ੍ਹਾ ਜਿਹਾ ਡਾਊਨ ਆ, ਤੁਸੀਂ ਕਿਸੇ ਹੋਰ ਤੋਂ ਚੈੱਕ ਕਰਾਉਣ ਦੀ ਲੋੜ ਆ। ਜਿਹੜੀ ਰਾਈਟਿੰਗ ਆ ਤੁਸੀਂ ਆਪਣੇ ਆਪ ਕਿਵੇਂ ਚੈੱਕ ਕਰ ਲਉਂਗੇ? ਯੂ ਕੈਨ ਨੋਟ ਡੂ ਦੈਟ। ਸਟੂਡੈਂਟਸ ਕੀ ਕਰਦੇ ਨੇ, ਘਰ ਬੈਠ ਕੇ ਆਪਣੇ ਜੀ ਰਾਈਟਿੰਗ ਅਸੀਂ ਰੀਡ ਕਰ ਲੈਂਦੇ ਹਾਂ, ਠੀਕ ਆ, ਰਾਈਟਿੰਗ ਅਟੈਂਪਟ ਕਰ ਲਿਆ, ਅਟੈਂਪਟ ਤਾਂ ਕਰ ਲਿਆ, ਦੈਟਸ ਗੁੱਡ, ਤੁਸੀਂ ਕਰ ਲਈ, ਬਟ ਉਹ ਚੈੱਕ ਕੌਣ ਕਰ ਰਿਹਾ? ਉੱਥੋਂ ਤੁਹਾਨੂੰ ਮਿਸਟੇਕਸ ਜਦੋਂ ਤੱਕ ਪਤਾ ਨਹੀਂ ਲੱਗਦੀਆਂ, ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਤੁਹਾਡੀ ਹੋ ਗਈ ਆ? ਤੁਸੀਂ ਘਰ ਬੈਠ ਕੇ ਪੜ੍ਹੀ ਜਾਂਦੇ ਹੋ। ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਵੀ ਨੇ ਵੀ ਬਹੁਤ ਤਿਆਰੀ ਕਰਦੇ ਨੇ, ਬਹੁਤ ਪੜ੍ਹਦੇ ਨੇ, ਉਹ ਬਹੁਤ ਡੈਡੀਕੇਟਡ ਵੀ ਹੁੰਦੇ ਨੇ ਵੀ ਅਸੀਂ ਬਾਹਰ ਜਾਣਾ, ਦੈਟਸ ਗੁੱਡ। ਤੁਸੀਂ ਬਹੁਤ ਸਾਰੀਆਂ ਕਿਤਾਬਾਂ ਕਾਲੀਆਂ ਕਰਤੀਆਂ, ਰੀਡਿੰਗ ਕਰ ਲਈਆਂ, ਠੀਕ ਆ, ਰਾਈਟਿੰਗਸ ਕਰ ਲਈਆਂ, ਸਪੀਕਿੰਗ ਵੀ ਕਰ ਲਈਆਂ, ਬਟ ਤੁਹਾਨੂੰ ਚੈੱਕ ਕੌਣ ਕਰ ਰਿਹਾ? ਤੁਸੀਂ ਇੱਕੋ ਹੀ ਮਿਸਟੇਕ ਨੂੰ ਰਿਪੀਟ ਕਰ ਰਹੇ ਹੋ। ਉਹੀ ਚੀਜ਼ ਕਰਕੇ, ਰਿਪੀਟ ਆਪਣੀਆਂ ਮਿਸਟੇਕਸ ਕਰਕੇ ਤੁਸੀਂ ਦੁਬਾਰਾ ਐਗਜ਼ਾਮ ਦਿੰਦੇ ਹੋ। ਦੁਬਾਰਾ ਐਗਜ਼ਾਮ ਜਦੋਂ ਦਿੰਦੇ ਉਦੋਂ ਕੀ ਹੁੰਦਾ, ਤੁਹਾਡਾ ਫੋਕਸ ਜਿਹੜੇ ਮੋਡਿਊਲ 'ਚੋਂ ਤੁਹਾਡੇ ਬੈਂਡ ਘੱਟ ਆਏ ਨੇ ਉਹਦੇ ਵੱਲ ਜ਼ਿਆਦਾ ਹੁੰਦਾ, ਬਾਕੀਆਂ ਵੱਲ ਘੱਟ ਹੁੰਦਾ, ਜਿਹਦੇ ਕਰਕੇ ਉਹਦੇ 'ਚੋਂ ਬੈਂਡ ਤੁਹਾਡੇ ਵੱਧ ਜਾਂਦੇ ਨੇ, ਕਿਸੇ ਇੱਕ 'ਚੋਂ ਫੇਰ ਘੱਟ ਜਾਂਦੇ ਨੇ, ਜਾਂ ਰਾਈਟਿੰਗ 'ਚੋਂ ਜਾਂ ਸਪੀਕਿੰਗ 'ਚੋਂ। ਬਹੁਤ ਸਾਰੇ ਸਟੂਡੈਂਟਸ ਦੀ ਸਪੀਕਿੰਗ ਤਾਂ ਆਲਮੋਸਟ ਠੀਕ ਹੁੰਦੀ ਹੈ, ਬਟ ਰਾਈਟਿੰਗ 'ਚੋਂ ਫਿਰ ਡਾਊਨ ਆ ਜਾਂਦਾ। ਰਾਈਟਿੰਗ 'ਚੋਂ ਡਾਊਨ ਆਉਣ ਦਾ ਕਾਰਨ ਕੀ ਹੁੰਦਾ ਵੀ ਜਿਹੜੀਆਂ ਤੁਹਾਡੀਆਂ ਮਿਸਟੇਕਸ ਪਹਿਲਾਂ ਟੀਚਰ ਚੈੱਕ ਕਰ ਰਿਹਾ ਸੀ ਉਹ ਤੁਸੀਂ ਦੁਬਾਰਾ ਰਿਪੀਟ ਕਰਦੇ ਰਹੇ ਉਸ ਇੱਕ ਮਹੀਨੇ ਦੇ ਟਾਈਮ ਦੇ ਵਿੱਚ ਜਾਂ 15-20 ਦਿਨਾਂ ਦੇ ਵਿੱਚ ਜਿਹੜਾ ਤੁਸੀਂ ਇੰਸਟੀਟਿਊਟ ਦੇ ਵਿੱਚ ਨਹੀਂ ਲਾਇਆ। ਜਿਹੜੀਆਂ ਮਿਸਟੇਕਸ ਤੁਹਾਨੂੰ ਤੁਹਾਡਾ ਟੀਚਰ ਜਿਹੜਾ ਟ੍ਰੇਨਰ ਆ ਉਹ ਦੱਸ ਰਿਹਾ ਸੀ ਉਹ ਹੁਣ ਨਹੀਂ ਦੱਸ ਰਿਹਾ, ਉਹ ਤੁਸੀਂ ਰਿਪੀਟ ਕਰਨ ਲੱਗ ਗਏ, ਉਹੀ ਤੁਸੀਂ ਐਗਜ਼ਾਮ ਦੇ ਵਿੱਚ ਜਾ ਕੇ ਕੀਤੀਆਂ, ਇਸ ਲਈ ਰਾਈਟਿੰਗ 'ਚ ਡਾਊਨ ਆ ਗਿਆ। ਰੀਡਿੰਗ 'ਚੋਂ ਤੁਸੀਂ ਜ਼ੋਰ ਮਾਰਤਾ, ਰੀਡਿੰਗ 'ਚੋਂ ਆਪਣੇ ਬੈਂਡ ਜਿਹੜੇ ਹੈਗੇ ਚੱਕ ਲਏ। ਇਹੀ ਕਾਰਨ ਆ ਜਿਨ੍ਹਾਂ ਦੇ 777-8 ਜਿਨ੍ਹਾਂ ਨੇ ਸਕੋਰ ਲੈਣੇ ਹੁੰਦੇ ਆ ਉਹ ਵੀ ਇਹੀ ਚੀਜ਼ ਕਰਦੇ ਆ। ਬਹੁਤ ਸਾਰੇ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਆ ਵੀ ਸਰ 777-8 ਨਹੀਂ ਆ ਰਹੇ, ਇੱਕ 'ਚੋਂ ਕਰ ਲਏ ਦੂਜੇ 'ਚੋਂ ਰਹਿ ਗਏ, ਦੂਜੇ 'ਚੋਂ ਕਰ ਲਏ ਤੀਜੇ 'ਚੋਂ ਰਹਿ ਗਏ। ਇੱਕ ਇੱਕ ਵਾਰੀ ਦੇ ਵਿੱਚ ਤੁਸੀਂ 3-3, 4-4 ਐਗਜ਼ਾਮ ਭਰ ਦਿੰਦੇ ਹੋ ਜਸਟ ਟੂ ਸੇਵ ਮਨੀ, ਬਟ ਤੁਸੀਂ ਸੇਵ ਨਹੀਂ ਕਰ ਰਹੇ, ਤੁਸੀਂ ਮਨੀ ਨੂੰ ਡਬੋ ਰਹੇ ਹੋ, ਨਾਲੇ ਤਾਂ ਟਾਈਮ ਵੇਸਟ ਕਰ ਰਹੇ ਹੋ ਨਾਲੇ ਮਨੀ ਵੇਸਟ ਕਰ ਰਹੇ ਹੋ। ਆਈ ਗੈਸ $300-400 ਦਾ ਐਗਜ਼ਾਮ ਫਿੱਲ ਹੁੰਦਾ ਕੈਨੇਡਾ ਦੇ ਵਿੱਚ, ਅਤੇ ਉਹੀ ਤੁਸੀਂ 2-3-4 ਵਾਰੀ ਜੇ ਫਿੱਲ ਕਰਦੇ ਹੋ ਤੁਹਾਡੀਆਂ 2-2 ਦਿਹਾੜੀਆਂ ਵੀ ਮਰਦੀਆਂ ਨੇ, ਠੀਕ ਹੈ, 150-200 ਉਹ ਵੀ ਲਾ ਲਓ, 400-800-1 ਦਾ ਪੈਂਦਾ ਤੁਹਾਨੂੰ ਐਗਜ਼ਾਮ ਦਾ, ਠੀਕ ਹੈ, ਸੋ ਉਹ ਵੀ ਜਾਂਦਾ ਨਾਲ, ਤੁਸੀਂ ਕਿਸੇ ਤੋਂ ਟ੍ਰੇਨਿੰਗ ਲੈਂਦੇ ਨਹੀਂ ਹੈਗੇ, ਇਸੇ ਕਰਕੇ ਤੁਹਾਡੇ ਜਿਹੜੇ ਮੋਡਿਊਲ ਨੇ ਫਿਰ ਤੁਸੀਂ ਲਾਸਟ ਦੇ ਐਟ ਦਾ ਐਂਡ ਆਫ ਦਾ ਡੇ ਕੀ ਹੁੰਦਾ, ਐਟ ਦਾ ਐਂਡ ਆਫ ਦਾ ਡੇ ਤੁਸੀਂ ਕਹਿ ਦਿੰਦੇ ਹੋ ਸਰ LMI ਲੈ ਲੈਂਦੇ ਹਾਂ, ਕੋਈ ਨਾ ਕੋਈ ਹੋਰ ਜੁਗਾੜ ਲਾ ਲਈਏ, ਜਿਹਨਾਂ ਨੇ 777-8 ਲੈਣੇ ਆ, ਅਤੇ ਜਿਹਨਾਂ ਨੇ 5.5 ਜਿਹਨਾਂ ਦੇ ਆ ਰਹੇ ਆ, ਫਿਰ ਉਹ ਐਂਡ ਐਟ ਦਾ ਲਾਸਟ ਸਪੋਟ, ਲਾਸਟ ਰਿਜ਼ੋਰਟ ਕੀ ਹੁੰਦਾ, ਇਹ ਵੀ ਕੀ ਡੀਐਮ ਹੈ, ਠੀਕ ਹੈ, ਲਾਸਟ ਰਿਜ਼ੋਰਟ ਇਹ ਵੀ ਲਿਖ ਲਿਓ ਨਾਲ, ਜਦੋਂ ਆਪਣੇ ਕੋਲ ਕੋਈ ਹੋਰ ਪੁਆਇੰਟ ਨਹੀਂ ਬਚਦਾ ਜਿਹੜਾ ਆਪਣਾ ਲਾਸਟ ਪੁਆਇੰਟ ਹੁੰਦਾ ਵੀ ਚੱਲ ਆਹ ਕਰ ਲਓ, ਉਹਨੂੰ ਕਹਿੰਦੇ ਨੇ ਇਟਸ ਦ ਲਾਸਟ ਰਿਜ਼ੋਰਟ, ਠੀਕ ਹੈ, ਲਾਸਟ ਰਿਜ਼ੋਰਟ। ਫਿਰ ਆਪਣੇ ਕੋਲ ਕੀ ਹੁੰਦਾ ਜੀ, ਆਸਟ੍ਰੇਲੀਆ ਦੀ ਲਾ ਦਿਓ, ਕੈਨੇਡਾ ਦੀ ਤਾਂ ਲੱਗਦੀ ਨਹੀਂ ਹੈਗੀ, ਬੈਂਡ ਨਹੀਂ ਦੇ ਰਹੇ, IDP ਫੇਕ ਹੈਗੀ ਆ, IDP ਫੇਅਰ ਲਈ ਸਾਡੇ ਐਗਜ਼ਾਮ ਨਹੀਂ ਚੈੱਕ ਕਰ ਰਹੀ, ਫਿਰ ਐਂਡ 'ਤੇ ਇਹ ਚੀਜ਼ ਹੁੰਦੀ ਆ। ਬਟ ਬਿਲੀਵ ਮੀ, ਪਹਿਲੀ ਵਾਰੀ ਐਗਜ਼ਾਮ ਦਿੱਤਾ, ਸ਼ਾਂਤ ਰਹੋ, ਠੀਕ ਹੈ, ਇਹ ਨਾਮ ਕਹੋ ਵੀ ਤੁਹਾਡੇ ਬਾਕੀਆਂ 'ਚੋਂ ਜੇ ਤੁਹਾਡੇ 6 ਬੈਂਡ ਵੀ ਨੇ ਉਹ ਵੀ ਤੁਹਾਡੀ ਇੱਕ ਡੈਡਲਾਈਨ ਆ, 6 ਬੈਂਡ ਕਿਤੇ ਵੀ ਅਪ ਜਾਂ ਡਾਊਨ ਹੋ ਸਕਦਾ, ਇਟ ਟੋਟਲੀ ਡਿਪੈਂਡਸ ਔਨ ਦ ਮੂਡ, ਜਾਂ ਮੂਡ ਦੇ ਜਾਂ ਜਿਹੜਾ ਟੋਪਿਕ ਆਇਆ। ਕਈ ਵਾਰੀ ਕੀ ਹੁੰਦਾ, ਰੀਡਿੰਗ ਦਾ ਜਿਹੜਾ ਟੋਪਿਕ ਆ ਉਹ ਤੁਹਾਡੇ ਲਈ ਫੇਅਰ ਹੁੰਦਾ, ਤੁਹਾਡੇ ਲਈ ਚੰਗਾ ਹੁੰਦਾ, ਤੁਹਾਨੂੰ ਟੋਪਿਕ ਪੜ੍ਹਨ 'ਚ ਮਜ਼ਾ ਆਉਂਦਾ ਹੁੰਦਾ, ਇਸ ਲਈ ਤੁਹਾਡੇ ਉਹ 'ਚੋਂ ਬੈਂਡ ਜ਼ਿਆਦਾ ਆ ਜਾਂਦੇ ਨੇ। ਕਈ ਵਾਰੀ ਰਾਈਟਿੰਗ ਦਾ ਟੋਪਿਕ ਇਹੋ ਜਿਹਾ ਹੁੰਦਾ ਜਿਹਦੇ ਬਾਰੇ ਤੁਹਾਨੂੰ ਨੌਲੇਜ ਹੁੰਦੀ ਆ, ਤੁਸੀਂ ਉਹ ਲਿਖ ਦਿੰਦੇ ਹੋ, ਤੁਹਾਡੇ 6 ਆ ਗਏ ਬੈਂਡ, ਨੈਕਸਟ ਟਾਈਮ ਉਹ ਜਿਹਾ ਚੀਜ਼ ਨਹੀਂ ਹੁੰਦੀ, ਇਸੇ ਕਰਕੇ ਉਹਦੇ 'ਚੋਂ ਬੈਂਡ ਘੱਟ ਜਾਂਦੇ ਨੇ। ਜਿਹੜੇ ਵੀ ਮੋਡਿਊਲ 'ਚ ਤੁਹਾਡੇ 6 ਬੈਂਡ ਨੇ ਜਾਂ 6.5 ਨੇ ਉਹ ਠੀਕ ਨਹੀਂ ਹੈ, ਉਹ ਡੈਡ ਲਾਈਨ ਆ, ਇਟ ਮੀਨਸ ਯੂ ਹੈਵ ਟੂ ਵਰਕ ਔਨ ਦੈਟ ਮੋਡਿਊਲ ਐਜ਼ ਵੈਲ। ਜਿੰਨਾ ਚੰਗੀ ਤਰ੍ਹਾਂ ਤੁਸੀਂ 5.5 ਮੋਡਿਊਲ ਵਾਲੇ 'ਚ ਮਿਹਨਤ ਕਰਦੇ ਪਏ ਹੋ, ਉਨੀ ਮਿਹਨਤ ਹੀ ਤੁਹਾਨੂੰ 6.5 ਵਾਲੇ 'ਤੇ ਵੀ ਕਰਨੀ ਪਊਗੀ, ਤਾਂ ਤੁਹਾਡੇ ਓਵਰਆਲ ਸਕੋਰ ਜਿਹੜੇ ਹੈਗੇ ਨੇ ਉਹ ਠੀਕ ਹੋਣਗੇ। ਹੁਣ ਇਹ ਕਰਨੀ ਕਿਵੇਂ ਆ, ਕਰਨੀ ਹੁਣ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ, ਤੁਸੀਂ ਇੰਸਟੀਟਿਊਟਸ ਲੱਗ ਸਕਦੇ ਹੋ ਡਿਪੈਂਡਿੰਗ ਔਨ ਯੂ, ਬਟ ਦ ਥਿੰਗ ਇਜ਼ ਦੈਟ ਤੁਹਾਨੂੰ ਫੀਡਬੈਕ ਮਿਲਣੀ ਚਾਹੀਦੀ ਹੈ। ਜੇ ਤੁਸੀਂ ਘਰ ਪੜ੍ਹ ਰਹੇ ਹੋ, ਮੈਂ ਨਹੀਂ ਕਹਿ ਰਿਹਾ ਵੀ ਇੰਸਟੀਟਿਊਟ ਜਾਣਾ ਜ਼ਰੂਰੀ ਹੈ, ਮੈਂ ਤਾਂ ਔਨਲਾਈਨ ਕਲਾਸਿਸ ਵੀ ਨਹੀਂ ਪ੍ਰੋਵਾਈਡ ਕਰ ਰਿਹਾ ਫਿਲਹਾਲ, ਠੀਕ ਹੈ, ਸੋ ਤੁਸੀਂ ਇਹ ਸੋਚਦੇ ਹੋ ਵੀ ਸਰ ਆਪਣੀ ਪ੍ਰਮੋਸ਼ਨ ਕਰਦੇ ਪਏ ਆ, ਮੈਂ ਔਨਲਾਈਨ ਕਲਾਸਿਸ ਵੀ ਹਲੇ ਨਹੀਂ ਦੇ ਰਿਹਾ, ਮੈਨੂੰ ਸਾਲ ਹੋ ਗਿਆ, ਬਟ ਦ ਥਿੰਗ ਇਜ਼ ਤੁਹਾਨੂੰ ਫੀਡਬੈਕ ਮਿਲਣੀ ਚਾਹੀਦੀ ਹੈ, ਚਾਹੇ ਘਰੋਂ ਲਓ, ਚਾਹੇ ਬਾਹਰੋਂ ਲਓ, ਚਾਹੇ ਜਿਹੜਾ ਤੁਹਾਡਾ ਫਰੈਂਡ ਹੈ ਕੋਈ, ਠੀਕ ਹੈ, ਉਹਨੂੰ ਕਹਿ ਦਿਉ ਯਾਰ ਇੰਨੀ ਕੁ ਤਾਂ ਆਪਾਂ ਗਾੜੀ ਪੰਜਾਬੀ ਬੰਦਾ, ਇੰਨੀ ਕੁ ਤਾਂ ਆਪਾਂ ਪਾ ਲੈਂਦੇ ਹਾਂ ਵੀ ਆਪਣਾ ਜਿਹੜਾ ਤੁਹਾਡਾ ਨਾਲ ਦਾ ਬੰਦਾ ਇੰਸਟੀਟਿਊਟ ਦੇ ਵਿੱਚ ਜਿਹੜਾ ਲੱਗਿਆ ਹੋਇਆ ਉਹਨੂੰ ਕਹਿ ਦਿਉ ਵੀ ਯਾਰ ਮੇਰੀ ਕਿਤਾਬ ਲੈ ਜਾ,
ठीक है लिख लिया करो, उन्होंने कह दो टीचर तो चैक करा दी। ठीक है जवाक टीचर ने उन्हें यही कहना भी सर मैं घर लिखा से चैक कर दो, ਉਹਨੂੰ ਇਹ ਦੱਸਣ ਦੀ ਕੀ ਲੋੜ ਆ ਵੀ ਮੇਰੇ ਗਾਂਹ ਫਰੈਂਡ ਨੇ ਲਿਖਿਆ, ਫੀਡਬੈਕ ਤੁਹਾਨੂੰ ਮਿਲਦੀ ਰਹੂਗੀ। ਇੰਨੇ ਕੁ ਤਾਂ ਆਪਾਂ ਜਗਾੜੇ ਹੁੰਦੇ ਹਾਂ, ਲਾ ਲਿਆ ਕਰੋ, ਇੰਨਾ ਕੁ ਫੀਡਬੈਕ ਮਿਲਣੀ ਬਹੁਤ ਜ਼ਰੂਰੀ ਹੁੰਦੀ ਆ। ਠੀਕ ਹੈ ਰਹੀ ਗੱਲ ਸਪੀਕਿੰਗ ਦੀ, ਸਪੀਕਿੰਗ ਤੁਸੀਂ ਆਪਣੇ ਆਪ ਆਪਣੀ ਚੈੱਕ ਕਰ ਸਕਦੇ ਹੋ, ਉਹ ਤਾਂ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਇਹਦੇ ਵਿੱਚ ਤੁਹਾਨੂੰ ਜਿਹੜਾ ਤਰੀਕਾ ਉਹ ਮੈਂ ਦੱਸਿਆ ਕਿਵੇਂ ਤੁਸੀਂ ਰਿਕਾਰਡਿੰਗ ਕਰ ਸਕਦੇ ਹੋ। ਠੀਕ ਹੈ ਰਿਕਾਰਡਿੰਗ ਕਰਕੇ ਸੁਣ ਸਕਦੇ ਹੋ, ਜਦੋਂ ਤੁਸੀਂ ਸੁਣੋਗੇ ਤੁਹਾਨੂੰ ਆਟੋਮੈਟਿਕਲੀ ਤੁਹਾਡੀਆਂ ਸਾਰੀਆਂ ਮਿਸਟੇਕਸ ਦਾ ਪਤਾ ਲੱਗੂਗਾ ਵੀ ਕਿੱਥੇ ਤੁਸੀਂ ਵੋਕੈਬ ਐਡ ਕਰ ਸਕਦੇ ਹੋ, ਕਿੱਥੇ ਤੁਹਾਡੀ ਗ੍ਰਾਮੈਟੀਕਲ ਮਿਸਟੇਕ ਆ, ਕਿੱਥੇ ਤੁਸੀਂ ਪ੍ਰੋਨਾਊਂਸ ਗਲਤ ਕਰਦੇ ਪਏ ਹੋ। ਬਟ ਰਾਈਟਿੰਗ ਜਿਹੜੀ ਹੈਗੀ ਆ, ਰਾਈਟਿੰਗ ਨੂੰ ਤੁਸੀਂ ਆਪਣੇ ਆਪ ਨਹੀਂ ਚੈੱਕ ਕਰ ਸਕਦੇ, ਇਸ ਲਈ ਜਿਹੜਾ ਮੈਂ ਤਰੀਕਾ ਦੱਸਿਆ ਉਹ ਅਪਣਾਇਓ। ਜਦੋਂ ਤੁਸੀਂ ਇੰਸਟੀਟਿਊਟ ਲਾਉਂਦੇ ਹੋ ਕੋਈ ਨਾ ਕੋਈ ਇਹੋ ਜਿਹਾ ਤੁਹਾਡਾ ਭਰਾ ਭੈਣ ਯਾਰ ਦੋਸਤ ਇਹੋ ਜਿਹਾ ਹੁੰਦਾ ਹੀ ਆ ਵੀ ਜਿਹੜਾ ਇੰਸਟੀਟਿਊਟ ਦੇ ਵਿੱਚ ਲੱਗਿਆ ਹੀ ਹੋਊਗਾ। ਆਪਣਾ ਸਵੇਰੇ ਲਿਖੋ ਜਾਂ ਰਾਤ ਨੂੰ ਲਿਖੋ, ਸਵੇਰੇ ਉਹਨੂੰ ਕਾਪੀ ਫੜਾ ਦਿਓ ਕਿ ਚੈੱਕ ਕਰਾ ਕੇ ਦੱਸ ਦੇ ਕੀ ਆ। ਠੀਕ ਹੈ ਮਾਸਟਰਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕਿਹਨੇ ਲਿਖਿਆ ਕਿਹਨੇ ਨਹੀਂ, ਘੈਂਟ ਨਾ ਤਰੀਕਾ। ਜੇ ਹੁਣ ਇਹ ਤੁਹਾਨੂੰ ਤਰੀਕਾ ਵੀ ਪਸੰਦ ਆਇਆ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਐਂਡ ਹੋਰ ਤੁਹਾਨੂੰ ਕਿਹੜੀਆਂ ਵੀਡੀਓਜ਼ 'ਤੇ ਕਿਹੜੇ ਟੋਪਿਕਸ 'ਤੇ ਵੀਡੀਓ ਚਾਹੀਦੀ, ਕਿਹੜੀਆਂ ਵੀਡੀਓਜ਼ 'ਤੇ ਟੋਪਿਕ ਚਾਹੀਦੇ, ਹੈ ਨਾ, ਕਿਹੜੇ ਟੋਪਿਕਸ 'ਤੇ ਵੀਡੀਓ ਚਾਹੀਦੀ ਹੈ ਇਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਠੀਕ ਹੈ ਐਂਡ ਹੇਅਰ ਆਈ ਐਂਡ ਅਪ ਵਿਦ ਦਿਸ ਵੀਡੀਓ, ਆਈ ਹੋਪ ਯੂ ਆਲ ਗਾਟ ਲੋਟ ਆਫ ਇਨਫੋਰਮੇਸ਼ਨ। ਐਂਡ ਗਾਈਜ਼ ਹੋਰ ਜੇ ਮੇਰੇ ਨਾਲ ਤੁਸੀਂ ਟਾਈ ਅਪ ਕਰਨਾ ਚਾਹੁੰਦੇ ਹੋ, ਕਿਸੇ ਤੁਹਾਨੂੰ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। ਮੇਰਾ ਇੰਸਟਾਗ੍ਰਾਮ ਪੇਜ ਹੈਗਾ ਜੀ ਗੁਰਿੰਦਰ ਸਿੰਘ ਬਾਸੀ ਦੇ ਨਾਮ 'ਤੇ। ਠੀਕ ਹੈ ਯੂ ਕੈਨ ਫੋਲੋ ਮੀ ਦੇਅਰ। ਥੈਂਕ ਯੂ ਐਂਡ ਹੈਵ ਅ ਗੁੱਡ ਡੇ।